ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਵਿੱਚ ਪਟਿਆਲਾ ਆਰਮੀ ਭਰਤੀ ਦੀ ਮੈਂ ਸਵੇਰ ਦੀ ਇੱਕ ਹੀ ਵੀਡੀਓ ਪਾਈ ਸੀ ਅੱਜ ਤੇ ਮੇਰਾ ਵੀਰ ਇੱਕ ਕੋਈ ਮੁੰਡਾ ਹੈ ਜਿਹੜਾ ਮੇਰੀ ਵੀਡੀਓ ਨੂੰ ਕਾਪੀ ਕਰੀ ਜਾਂਦਾ ਹੈ ਤੇ ਬਾਰ-ਬਾਰ ਵੀਡੀਓ ਜਿਹੜੀਆਂ ਮੇਰੀ ਚੈਨਲ ਤੋਂ ਅਲਾਵਾ ਕਿਸੇ ਹੋਰ ਚੈਨਲ ਤੇ ਪਾਈ ਜਾਂਦਾ ਤੇ ਉਹਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੀਆਂ ਵੀਡੀਓ ਨੂੰ ਕਾਪੀ ਨਾ ਕਰੇ ਨਹੀਂ ਤਾਂ ਮੈਨੂੰ ਸਟ੍ਰਾਈਕ ਮਾਰਨੀ ਪਏਗੀ ਫਿਰ ਉਹਦਾ ਚੈਨਲ ਬੰਦ ਹੋ ਜਾਏਗਾ ਤੇ ਇਸ ਕਰਕੇ ਮੈਂ ਉਹਨੂੰ ਇਹੀ ਗੱਲ ਕਵਾਂਗੇ ਕਿ ਮੇਰੇ ਜਿਹੜੇ YouTube ਚੈਨਲ ਨੂੰ ਆ ਉਹ ਕਾਪੀ ਨਾ ਕਰੇ ਹੁਣ ਗੱਲ ਕਰਦੇ ਆ ਪਟਿਆਲਾ ਆਰਮੀ ਭਰਤੀ ਦੀ ਤੇ ਵੀਰ ਜੀ ਮੈਂ ਸਵੇਰ ਦਾ ਇੱਥੇ ਖੜਾ ਆ ਪਟਿਆਲੇ ਦੇ ਵਿੱਚ ਤੇ ਬਾਹਰ ਸੀ ਪਹਿਲਾਂ ਮੈਂ ਘਰ ਵੀ ਗਿਆ ਸੀ ਬਾਅਦ ਚ ਫੇਰ ਆਇਆ ਤੇ ਪਟਿਆਲੇ ਜਿਹੜੀ ਆ ਭਰਤੀ ਬਹੁਤ ਹੀ ਵਧੀਆ ਹੋ ਚੱਲ ਰਹੀ ਆ ਤੇ 8 ਤਰੀਕ ਹੋ ਚੁੱਕੀ ਆ 8 ਫਰਵਰੀ ਤੇ ਵੀਰ ਜੀ ਪਹਿਲਾ ਗਰੁੱਪ ਜਿਹੜਾ ਦੌੜਿਆ ਸੀ ਉਹਦੇ ਵਿੱਚੋਂ ਵੀ 40 45 50 ਮੁੰਡੇ ਚੁੱਕੇ ਸੀ ਉਸ ਤੋਂ ਬਾਅਦ ਜਿਹੜਾ ਦੂਜਾ ਗਰੁੱਪ ਦੌੜਿਆ ਉਸ 'ਚ ਵੀ ਇਦਾਂ ਹੀ ਮਤਲਬ ਇਹ ਹੈ ਕਿ 5 45 ਦਾ ਪੂਰਾ ਟਾਈਮ ਮਿਲ ਰਿਹਾ ਜਿਹੜੇ 5 45 ਦੇ ਟਾਈਮ ਨੂੰ ਕਵਰ ਕਰ ਗਏ ਉਹੀ ਮੁੰਡੇ ਦੌੜ ਕੱਢ ਰਹੇ ਆ 100 ਮੁੰਡਾ ਜਿਹੜਾ ਆ ਤਕਰੀਬਨ ਹਰ ਗਰੁੱਪ ਵਿੱਚ 100 ਮੁੰਡਾ ਜਿਹੜਾ ਦੌੜਾਇਆ ਜਾ ਰਿਹਾ ਤੇ ਵੀਰ ਜੀ ਅੱਜ ਮੈਡੀਕਲ ਵਾਲੇ ਵੀ ਸਵੇਰ ਦੇ ਅੰਦਰ ਗਏ ਨੇ ਤੇ ਕਾਫੀ ਮੁੰਡੇ ਮੈਨੂੰ ਪੁੱਛ ਰਹੇ ਸੀ ਕਿ ਕੋਰੋਨਾ ਵਾਇਰਸ ਦੀ ਰਿਪੋਰਟ ਚਾਹੀਦੀ ਤੇ ਵੀਰ ਜੀ ਹਜੇ ਤੱਕ ਤਾਂ ਕੋਰੋਨਾ ਵਾਇ ਮੈਂ ਨਿੱਕੀ ਨਿੱਕੀ ਜਾਣਕਾਰੀ ਦੇਣਾ ਚਾਹੁੰਦਾ ਸੀ ਪਰ ਕੋਸ਼ਿਸ਼ ਕਰਨਾ ਕਰਕੇ ਮੈਂ ਵੀਡੀਓ ਨਹੀਂ ਬਣਾ ਸਕਿਆ ਪਰ ਹੁਣ ਮੈਂ ਜਿਹੜੀ ਆ ਦੁਬਾਰਾ ਤੋਂ ਵੀਡੀਓ ਜਿਹੜੀ ਆ ਬਣਾਈ ਆ ਤੇ ਵੀਰ ਜੀ ਬਹੁਤ ਵਧੀਆ ਭਰਤੀ ਚੱਲ ਰਹੀ ਆ ਤੁਹਾਨੂੰ ਪਤਾ ਹੀ ਆ ਕਿ ਕੋਰੋਨਾ ਵਾਇਰਸ ਕਰਕੇ ਪਹਿਲਾਂ ਜਿਹੜੀ ਆ ਲੁਧਿਆਣੇ ਭਰਤੀ ਸ਼ੁਰੂ ਹੋਈ ਉਸ ਤੋਂ ਬਾਅਦ ਜਲੰਧਰ ਹੋਈ ਤੇ ਇਸ ਤੋਂ ਬਾਅਦ ਹੁਣ ਜਿਹੜੀ ਆ ਪਟਿਆਲੇ ਭਰਤੀ ਜਿਹੜੀ ਆ ਚੱਲ ਰਹੀ ਆ 7 ਫਰਵਰੀ ਕੱਲ ਤੋਂ ਭਰਤੀ ਸ਼ੁਰੂ ਹੋਈ ਸੀ ਤੇ ਵੀਰ ਜੀ ਡਾਕੂਮੈਂਟਾਂ ਦੇ ਜੇ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਡਾਕੂਮੈਂਟ ਕਿਹੜੇ-ਕਿਹੜੇ ਚਾਹੀਦੇ ਨੇ ਤੇ ਵੀਡੀਓ ਵੀਰ ਜੀ ਮੈਂ ਡਾਕੂਮੈਂਟਾਂ ਤੇ ਇੱਕ ਵੀਡੀਓ ਬਣਾਈ ਆ ਉਹਦਾ ਲਿੰਕ ਜਿਹੜਾ ਆ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ ਤੁਸੀਂ ਉੱਥੋਂ ਵੀਡੀਓ ਦੇਖ ਕੇ ਡਾਕੂਮੈਂਟ ਪੂਰੇ ਕਰ ਸਕਦੇ ਹੋ ਤੇ ਵੀਰ ਜੀ 8 ਤਰੀਕ ਹੋ ਚੁੱਕੀ ਆ 8 ਫਰਵਰੀ ਮੈਂ ਤੁਹਾਨੂੰ ਇਹੀ ਬਾਰ-ਬਾਰ ਕਹਾਂਗੇ ਕਿ ਚਾਰ ਚੱਕਰ ਨੇ ਮਿੱਟੀ ਵਾਲੀ ਗਰਾਊਂਡ ਆ 5:40 45 ਦਾ ਟਾਈਮ ਹਰ ਗਰੁੱਪ ਨੂੰ ਮਿਲ ਰਿਹਾ ਹੈ 100 ਮੁੰਡਾ ਦੌੜ ਰਿਹਾ ਹੈ ਮੈਂ ਜਾਣਕਾਰੀ ਇਸ ਕਰਕੇ ਵੀ ਦੇਣਾ ਚਾਹੁੰਦਾ ਸੀ ਕਿ ਸਾਰਿਆਂ ਨੂੰ ਪਤਾ ਲੱਗ ਜਾਏ ਕਈ ਮੁੰਡੇ ਅਫਵਾਵਾ ਡਾਉਂਦੇ ਨੇ ਕਿ ਵੀਰ ਜੀ ਉੱਥੇ ਤੇ 20 ਮੁੰਡੇ ਚੱਕਰੇ ਐਦਾਂ ਦੀ ਕੋਈ ਗੱਲ ਨਹੀਂ ਹੈ ਪੂਰਾ ਪੂਰਾ ਟਾਈਮ ਮਿਲ ਰਿਹਾ ਹੈ ਐਵੇਂ ਝੂਠ ਨਾ ਬੋਲੋ ਕਾਫੀ ਮੁੰਡੇ ਜਿਹੜੇ ਝੂਠ ਬੋਲੀ ਜਾਂਦੇ ਕਿ ਟਾਈਮ ਬਹੁਤ ਘੱਟ ਮਿਲ ਰਿਹਾ ਹੈ ਐਦਾਂ ਹੋ ਰਿਹਾ ਉਦਾਂ ਤੇ ਵੀਰ ਜੀ ਜਿਹੜੇ ਦੌੜ ਚੋਂ ਰਹਿੰਦੇ ਆ ਉਹੀ ਇਹੋ ਜਿਹੇ ਗੱਲਾਂ ਕਰਦੇ ਆ ਬਾਕੀ ਜਿਹੜੇ ਮੁੰਡੇ ਜਿਆਦਾਤਰ ਅੱਜ ਕਾਫੀ ਮੁੰਡੇ ਸੀ ਜਿਨ੍ਹਾਂ ਨੇ ਅੱਜ ਦੌੜ ਕੱਢੀ ਆ ਤੇ ਵੇਰਾ ਵੀਰ ਕਾਫੀ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰਤੀ ਹੋ ਰਹੀ ਆ ਕਿ ਕੋਈ ਕੋਈ ਕਹਿ ਨਹੀਂ ਜਾ ਸਕਦਾ ਕਿ ਮਾੜੀ ਪ੍ਰਤੀ ਹੋ ਰਹੀ ਆ ਬਹੁਤ ਵਧੀਆ ਪ੍ਰਤੀ ਆ ਤੁਸੀਂ ਜਦੋਂ ਪ੍ਰਤੀ ਦੇਖਣ ਜਾਂਦੇ ਹੋ ਤਾਂ ਬਾਹਰੋਂ ਹੀ ਤੁਹਾਨੂੰ ਚੱਕਰ ਲਾਉਂਦੇ ਦਿਖਣਗੇ ਤੇ ਬਾਹਰੋਂ ਹੀ ਟਾਈਮ ਲੱਗ ਜਾਂਦਾ ਕਿ ਕਿੰਨਾ ਟਾਈਮ ਮਿਲਿਆ ਆ ਤੇ ਨਾਲ ਹੀ ਪਤਾ ਲੱਗ ਜਾਂਦਾ ਕਿ ਕਿੰਨੇ ਮੁੰਡੇ ਚੁੱਕੇ ਆ ਤੇ ਵੀਰ ਜੀ ਹੁਣ ਗੱਲ ਕਰਦੇ ਆ ਗਰੁੱਪਾਂ ਦੀ ਪਹਿਲੇ ਗਰੁੱਪ ਚ ਕਿੰਨੇ ਮੁੰਡੇ ਸੀ ਤਕਰੀਬਨ 50 ਮੁੰਡੇ ਦੇ ਤਕਰੀਬਨ ਸੀ ਦੂਸਰੇ ਚ ਵੀ 50 ਸੀ ਤੀਸਰੇ ਚ ਵੀ ਐਵੇਂ ਕੋਈ 50 ਹੋਣਗੇ 45 ਹੋਣਗੇ 6ਵਾਂ ਗਰੁੱਪ ਇੱਕ ਇਹੋ ਜਿਹਾ ਜਿਹਦੇ ਵਿੱਚ ਤਕਰੀਬਨ 37 38 ਮੁੰਡੇ ਚੁੱਕੇ ਉਸ ਤੋਂ ਬਾਅਦ ਜਿਹੜਾ 11ਵਾਂ ਗਰੁੱਪ ਸੀ 11ਵਾਂ ਹਾਂ 11ਵਾਂ ਗਰੁੱਪ ਹੀ ਉਹ ਚ ਵੀ ਥੋੜੇ 35 36 ਚੁੱਕੇ ਵੀਰ ਜੀ ਕਈ ਗਰੁੱਪ ਐਦਾਂ ਆ ਕਿ ਥੋੜੇ ਹੌਲੀ ਧੋੜਦੇ ਆ ਮਤਲਬ ਹੌਲੀ ਧੋੜਦੇ ਇਸ ਕਰਕੇ ਉਹਨਾਂ ਦੇ ਵਿੱਚੋਂ ਮੁੰਡੇ ਘਟ ਚੁੱਕੇ ਜਿਹੜੇ ਗਰੁੱਪ ਤੇ ਪੈਂਦੇ ਆਂ ਹੀ ਸ਼ੂਟ ਵੱਟਦੇ ਨੇ ਬਹੁਤ ਭਜਦੇ ਨੇ ਮ ਕਈ ਮੁੰਡੇ ਤੇ ਉਹ ਜਿਹੜੇ ਗਰੁੱਪਾਂ ਦੇ ਵਿੱਚ ਉਹ ਵੱਧ ਮੁੰਡੇ ਚੁੱਕੇ ਜਾ ਰਹੇ ਨੇ ਮੇਰਾ ਵੀਰ ਇੱਕ ਹੋਰ ਆ ਤੁਸੀਂ ਡਾਕੂਮੈਂਟਾਂ ਆਪਣੇ ਦਾ ਧਿਆਨ ਰੱਖਣਾ ਅੱਜ ਵੀ ਕਿੰਨੀ ਲੋਸਮੈਂਟ ਇਹੀ ਹੁੰਦੀ ਰਹੀ ਕਿ ਕਈ ਮੁੰਡੇ ਜਿਹੜੇ ਆ ਡਾਕੂਮੈਂਟ ਆਪਣੇ ਗੇਟ ਉੱਪਰ ਹੀ ਸੁੱਟ ਗਏ ਇਸ ਕਰਕੇ ਇੰਨਾਂ ਚੀਜ਼ਾਂ ਦਾ ਧਿਆਨ ਰੱਖਿਓ ਤੁਸੀਂ ਉੱਥੇ ਤੁਹਾਡਾ ਧਿਆਨ ਕਿਸੇ ਹੋਰ ਨੇ ਨਹੀਂ ਰੱਖਣਾ ਤੁਸੀਂ ਆਪ ਹੀ ਆਪਣਾ ਧਿਆਨ ਰੱਖਣਾ ਆਪਣੇ ਡਾਕੂਮੈਂਟਾਂ ਦਾ ਆਪਣੀ ਕਿੱਟ ਦਾ ਤੇ ਆਪਣੇ ਪੈਸੇ ਪੂਸਿਆਂ ਦਾ ਤੇ ਵੀਰ ਜੀ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਓ ਮਾਸਕ 1 2 3 ਜਾਂ 4 ਜਿੰਨੇ ਵੀ ਤੁਹਾਡੇ ਤੋਂ ਹੋਣਦੇ ਆ ਘਰੋਂ ਲੈ ਕੇ ਜਾਇਓ ਕਿਉਂਕਿ ਮਾਸਕ ਜੇ ਤੁਹਾਡਾ ਗਵਾਜ ਜਾਂਦਾ ਤਾਂ ਫਿਰ ਅੰਦਰ ਜਾ ਕੇ ਤੁਹਾਨੂੰ ਕੁੱਟ ਜ਼ਰੂਰ ਪਏਗੀ ਕਿਉਂਕਿ ਮਾਸਕ ਤੋਂ ਬਿਨਾ ਜਿਹੜੀ ਆ ਉੱਥੇ ਅੰਦਰ ਨਹੀਂ ਬੈਨਨ ਦਿੰਦੇ ਬਾਕੀ ਰਨਿੰਗ ਦੇ ਬਹੁਤ ਵਧੀਆ ਹੋ ਰਹੀ ਆ भीम ਜਿਹੜੇ ਆ ਉਹ 10 ਵੀ ਮਾਰਨੇ ਪੈਂਦੇ ਨੇ ਚੈਸਟ ਜਿਹੜੀ ਹੈ 77 ਤੋਂ 82 ਮਤਲਬ 77 ਤੋਂ 77 ਸੈਂਟੀਮੀਟਰ ਜਿਹੜੀ ਹੈ ਫਲਾਉਣ ਤੋਂ ਬਿਨਾ ਹੋਣੀ ਚਾਹੀਦੀ ਤਾਂ 82 ਸੈਂਟੀਮੀਟਰ ਹੋਣੀ ਚਾਹੀਦੀ ਹੈ ਫਲਾ ਕੇ ਐਕਸਪੈਂਸਿਵ ਜਿਹਨੂੰ ਕਹਿੰਦੇ ਨੇ ਤੇ ਵੀਰ ਜੀ ਇਹੀ ਜਾਣਕਾਰੀ ਸੀ ਬਾਕੀ ਤੁਹਾਨੂੰ ਨਵੀਂ ਅਪਡੇਟ ਦਿੱਤੀ ਜਾਏਗੀ ਜਦੋਂ ਮੈਡੀਕਲ ਆਉਣਗੇ ਮੁੰਡੇ ਮੈਡੀਕਲ ਬਾਰੇ ਵੀ ਦੱਸਿਆ ਜਾਏਗਾ ਕਿ ਮੈਡੀਕਲ ਕਿਵੇਂ ਦਾ ਹੋਇਆ ਅੱਜ ਉਹ ਮੁੰਡੇ ਅੰਦਰ ਗਏ ਨੇ ਸਵੇਰ ਦੇ ਗਏ ਨੇ ਉਹ ਮੇਰੇ ਖਿਆਲ ਨਾਲ ਤਕਰੀਬਨ ਜਿਹੜੇ ਫਿੱਟ ਮੁੰਡੇ ਨੇ ਉਹ ਜਿਹੜੇ ਆ तकरीबन 8 9 10 ਵਜੇ ਤੇ ਮੈਂ ਉਹਨਾਂ ਨੂੰ ਮਿਲ ਕੇ ਹੀ ਫੇਰ ਹੀ ਜਾਵਾਂਗਾ ਆਪਣੇ ਰਿਸ਼ਤੇਦਾਰਾਂ ਘਰ ਤੇ ਫੇਰ ਹੀ ਤੁਹਾਨੂੰ ਜਾਣਕਾਰੀ ਮੈਂ ਪੂਰੀ ਜਿਹੜੀ ਆ ਅਪਡੇਟ ਦਵਾਂਗਾ ਤੇ ਵੀਰ ਜੀ ਇੱਕ ਹੋਰ ਮੇਰੀ ਮੇਨ ਜੋ ਜੋ ਜ਼ਰੂਰੀ ਜਿਹੜੀ ਜਾਣਕਾਰੀ ਸੀ ਉਹ ਇਹ ਸੀ ਕਿ ਵੀਰ ਜੀ ਜੇ ਪਹਿਲਾ ਦੂਜਾ ਚੱਕਰ ਤੁਸੀਂ ਅੱਗੇ ਲੱਗ ਜਾਂਦੇ ਹੋ ਤਾਂ ਬਹੁਤ ਹੀ ਸ਼ੂਟ ਮਾਰ ਕੇ ਸਪ੍ਰਿੰਟ ਨਾ ਮਾਰੋ ਜੇ ਤੁਸੀਂ ਅੱਗੇ ਲੱਗ ਜਾਂਦੇ ਹੋ ਤਾਂ 10 15 20 ਮੁੰਡਿਆਂ ਦੇ ਵਿੱਚ ਸਟਾਰਟਿੰਗ ਤੋਂ ਹੀ ਰਹੋ ਜੇ ਤੁਸੀਂ ਪਿੱਛੇ ਲੱਗਦੇ ਹੋ ਫਿਰ ਵੀ ਇੱਕਦਮ ਖਿੱਚ ਕੇ ਅੱਗੇ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਪੈਂਦੇ ਆਂ ਹੀ ਤੋਹੀਂ ਸਾਹ ਚੜਾ ਲੋਗੇ ਇਦਾਂ ਹੀ ਕਈ ਮੁੰਡਿਆਂ ਨਾਲ ਹੋਇਆ ਵਾ ਤੇ ਵੀਰ ਜੀ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੈ ਹਿੰਦ